ਭਗਵੰਤ ਮਾਨ ਆ ਗਿਆ ਹੁਣ ਤੁਹਾਡੇ ਹਲਕੇ ਚ? ਅਸੀਂ ਤਾਂ ਪਹਿਲਾਂ ਵੀ ਭਗਵੰਤ ਮਾਨ ਕੰਨੀਏ ਆ। ਅੱਛਾ ਜੀ। ਹਾਂ, ਖੜਦਾ ਰਿਹਾ ਲੋਕਾਂ ਦੇ ਨਾਲ ਕੰਮ ਕੀਤੇ ਉਹਨੇ, ਕੰਮ ਬਥੇਰੇ ਕਰੇ ਨੇ ਉਹਨੇ, ਰੌਲਾ ਪਾ ਕੇ ਦੱਸ ਤਾਂ ਦਿੱਤਾ ਵੀ ਇੱਥੇ ਪੰਜਾਬ 'ਚ ਆ ਕੁਛ, ਪਹਿਲਾਂ ਤਾਂ ਕਿਸੇ ਨੇ ਦੱਸੀ ਹੀ ਨਹੀਂ ਉੱਥੇ। ਠੀਕ ਹੈ, ਕੋਈ ਗੱਲ ਨਹੀਂ, ਪਹਿਲਾਂ ਕਿਸੇ ਨੇ ਨਾਂ ਲਿਆ ਉੱਥੇ, ਉਹ ਚਾਹੇ ਭੋਰਾ ਜਵਾਕ ਕੀਤੀ ਉਹਨੇ, ਐਂ ਤਾਂ ਦੱਸਤਾ ਨਾ ਵੀ ਸੰਸਥਾ 'ਚ ਵੀ ਆਹ ਕੁਛ ਹੈ ਪੰਜਾਬ 'ਚ। ਤੇ ਜਿਹੜੇ ਆਹ ਬਾਦਲ ਕੇ ਆ ਜਾਂ ਕੈਪਟਨ ਕੇ ਆ ਜਾਂ ਕਾਂਗਰਸੀ ਆ ਤਾਂ ਕਹਿੰਦੇ ਵੀ ਸ਼ਰਾਬ ਪੀਂਦਾ ਇਹ? ਨਹੀਂ, ਉਹ ਸ਼ਰਾਬ ਤਾਂ ਹਰੇਕ ਹੀ ਪੀ ਲੈਂਦਾ, ਉਹ ਕਿੱਡੀ ਕੁ ਗੱਲ ਹੈ। ਠੇਕੇ ਬੰਦ ਕਰ ਦੇਣ ਫਿਰ ਇਹੋ ਜਿਹੇ ਮਾੜੀ ਆ, ਠੇਕੇ ਕਿਉਂ ਬਣਾਏ ਨੇ? ਫੌਜਾਂ ਨੂੰ ਪੀਣ ਨੂੰ ਕਿਉਂ ਦਿੰਦੇ ਨੇ ਫਿਰ ਇਹ, ਜੇ ਮਾੜੀ ਚੀਜ਼ ਹੈ ਇਹ, ਫੌਜੀਆਂ ਨੂੰ ਕਿਉਂ ਪਾਉਂਦੇ ਨੇ? ਇਹਦਾ ਗੁਣਾਕਾਰ ਚੀਜ਼ ਹੈ ਯਾਰ, ਦਵਾਈ ਹੈ ਇੱਕ ਕਿਸਮ ਦੀ। ਹੋਰ ਤੇ ਜਿਹੜਾ ਤੁਹਾਡੇ ਦੇ ਖਿਲਾਫ ਹੈ ਧੂਰੀ ਤੋਂ ਗੋਲਡੀ MLA, ਉਹਨੇ ਕੰਮ ਕੁੰਮ ਕੀਤੇ ਲੋਕਾਂ ਦੇ? ਉਹਨੇ ਯਾਰ ਮਾੜੇ ਮੋਟੇ ਜੇ ਕਰਤੇ। ਆ ਬਸ ਆ ਹੁਣ 5-4 ਕੁ ਦਿਨਾਂ 'ਚ ਜਾਪ ਦੀਆਂ ਫੈਕਟਰੀਆਂ ਫੂਕਟਰੀਆਂ ਜੀਆਂ ਲਾ ਲਈਆਂ। ਅੱਛਾ। ਹੋਰ ਇੱਟਾਂ ਉੱਟਾਂ ਜੀਆਂ ਦੀਆਂ ਵਧੀਆ ਬਣਾ ਗਿਆ ਆਪਦਾ ਪੈਸਾ ਉਹ। ਹੋਰ ਹੁਣ ਮਤਲਬ ਉਹਨੇ ਆਪ ਨੀ ਆਇਆ ਉਰੇ, ਆ ਵੀ 10-12 ਲਿਆਂਦੀ ਪੰਚਾਇਤ ਨੇ ਉਰੇ, ਗੋਲਟੀ ਦੀ ਤੀਮੀ ਵੀ ਆ ਜਾ ਕਰੇ, ਮੈਂ ਉਰੇ ਪਿਆ ਸੀ ਕਾਰ ਚੋਂ ਉਤਰੀ, ਸਾਰੇ ਸਸਰੀ ਕਲੋਂ ਕਾਲ ਬੁਲਾਉਣ ਉੱਠ ਕੇ ਬਾਗੇ ਜਦਾ ਬੀਹੀ ਨੂੰ ਉਹਨੇ ਹਾਂ ਇਹ ਨਹੀਂ ਕਰਿਆ, ਮੈਂ ਕਿਹਾ ਗੱਡਾ ਖੜਾ ਇਹਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਕਿ ਨਹੀਂ ਹੋ ਤੁਹਾਡਾ? ਸਹੀ ਗੱਲ ਕਿ ਨਹੀਂ ਵੀ ਤੁਹਾਡਾ ਕੀ ਕੰਮ ਖੜਾ ਯਾਰ, ਆਈ ਇਹ ਜਾਣ ਦੇ ਇਹਨੂੰ ਡੰਡੀ। ਜਿਹੜੀ ਇਹ ਕਹਿੰਦੇ ਸੀ ਕਾਂਗਰਸ ਕਹਿੰਦੀ ਘਰ ਘਰ ਨੌਕਰੀ ਦੇਣੀ ਹੈ, ਮਿਲੀ ਹੈ ਕਿਸੇ ਨੂੰ? ਉਹ ਤਾਂ ਸਾਰਿਆਂ ਨੂੰ ਇਹ ਮਿਲੀ ਹੋਈ ਆ, ਸਾਨੂੰ ਆਹਦੇ ਡਾਂਸ ਖੇਡਦੇ ਪੈਨਸ਼ਨ ਤਾਂ ਸਾਡੀ ਕਾਹਨੂੰ ਲੱਗਦੀ ਆ, ਸਾਡੀ ਪੈਨਸ਼ਨ ਨਹੀਂ ਲੱਗਦੀ। ਰਿਟਾਇਰ ਹੋ ਗਏ ਹੁਣ ਤੁਸੀਂ? ਹੋਰ ਕਹਿੰਦੇ ਸੀਗੇ ਵੀ ਕੈਪਟਨ ਸਾਹਿਬ ਕਹਿੰਦੇ ਮੈਂ 93% ਵਾਅਦੇ ਪੂਰੇ ਕਰਤੇ ਲੋਕਾਂ ਦੇ। ਉਹ ਨਹੀਂ, ਪਹਿਲਾਂ 20 ਸਾਲ ਪਹਿਲਾਂ ਜਦ ਕੈਪਟਨ ਸੀ ਨਾ, ਉਦੋਂ ਦਾ ਕਰਦਾ ਸੀ ਵਧੀਆ ਕੰਮ, ਹੁਣ ਤਾਂ ਮੇਰਾ ਪਾਣੀ 'ਚ ਬਹਿ ਗਿਆ ਉਹ ਵੀ ਜਮੀ। ਕੋਈ ਆਪਾਂ ਨੂੰ ਕੋਈ ਟੈਕਸ਼ਨ ਨਹੀਂ ਯਾਰ, ਪਹਿਲਾਂ ਉਹਨੇ ਪਹਿਲਾਂ ਬਿਜਲੀ ਬੁਜਲੀ ਫਸਲ ਵਿਕਦੀ ਕਰੀ ਵਧੀਆ, ਪਹਿਲਾਂ ਜਦ ਕਾਂਗਰਸ ਦਾ ਰਾਜ ਸੀ, ਪਹਿਲਾਂ ਬਾਦਲ ਕਿਆਂ ਨੇ ਮੇਰੇ ਚੱਪਲਾਂ ਬੱਟੇ ਖੰਡ ਵਿੱਚ ਵਿਕਿਆ ਕੇ ਫਸਲ ਵਿਕਣ ਨਹੀਂ ਦਿੰਦੇ, ਤੇ ਇੱਕ ਚੱਪਲੀਆਂ ਬੱਟੇ ਖੰਡ ਦੇਤੀ ਇੱਥੇ ਪਿੰਡ 'ਚ, ਬਾਦਲ ਕੇ ਜਿੱਤਿਆ ਤੇ ਲੋਕਾਂ ਨੇ ਇਕੱਠੇ ਹੋ ਕੇ। ਸੁਖਬੀਰ ਤਾਂ ਕਹਿੰਦਾ ਰਾਜ ਕਰਾਂਗੇ 25 ਸਾਲ ਹਜੇ, ਕਹ ਤੂੰ ਮੈਂਬਰ ਬਣ ਕੇ ਦਿਖਾਈ ਤੂੰ ਰਾਜ ਕਰੂ, ਉਹਨੂੰ ਮੈਂਬਰੀ ਦੀਆਂ ਵੋਟਾਂ ਨਹੀਂ ਪੈਂਦੀਆਂ ਯਾਰ, ਰਾਜ ਕਰਨਾ ਸੌਖਾ ਆ ਕਿਤੇ। ਸੁਖਬੀਰ ਕਹਦੇ ਵੀ ਧੂਰੀ ਵਾਲਿਆਂ ਦੇ ਵੀ ਮੈਂ ਭਗਵੰਤ ਮਾਨ ਦੇ ਖਿਲਾਫ ਹੋਣਾ, ਫਿਰ ਵੀ ਨਹੀਂ ਪਾਉਂਦੇ? ਅਸੀਂ ਤਾਂ ਭਗਵੰਤ ਮਾਨ ਨੂੰ ਇਹ ਪਾਵਾਂਗੇ ਯਾਰ। ਅੱਛਾ। ਹਾਂ ਪੱਕਾ, ਇਹ ਨਾ ਪਹਿਲਾਂ ਵੀ ਪਾਈਂਦੇ ਆ, ਅਸੀਂ ਤਾਂ 15,000 ਰੁਪਈਆ ਲੱਭੋਂ ਖਰਚ ਕਰਿਆ ਸੀ, ਆਹ 3 ਬੰਦੇ ਤੇ ਅਸੀਂ ਜੱਸੀ ਸੇਖੋਂ ਵਕਤ, ਅਸੀਂ 3 ਟੈਂਪੂ, ਗੋਲਟੀ ਦੀ ਬਹੂ ਜਿੱਧਰ ਨੂੰ ਜਾਂਦੀ, ਮਾਗਰੇ ਲਾਮ ਦੇ ਟੈਂਪੂ ਝਾੜੂ ਵਾਲਾ, ਮਾਗਰੇ ਟੈਂਪੂ ਝਾੜੂ ਵਾਲਾ, ਹਾਂ ਕਰਤਾਰ ਵਾਲਾ ਗਾਣਾ ਜਾਤੀ ਉਹਦਾ, ਉਹੀ ਚੱਲੀ ਜਾਂਦਾ ਸੀ ਸਾਡਾ ਹਰ ਵਕਤ। ਆਹੋ ਕਿਹੜਾ ਗਾਣਾ ਸੀਗਾ? 10 ਭੈਣੇ ਕਰਤਾਰੋ ਵੋਟਾਂ ਕਿਹਨੂੰ ਪਾਵੇਂਗੀ, ਇਹ ਚੱਲਦਾ ਹੁੰਦਾ ਸੀ, ਇਹਦੀ ਧੀ ਭਗਵੰਤ ਮਾਨ ਦੀ ਧੀ। ਭਗਵੰਤ ਮਾਨ ਦਾ ਜਿਹੜਾ MP ਦੇ ਤੌਰ 'ਤੇ ਜਿਹੜਾ ਸਾਰਾ ਤੁਸੀਂ ਕੰਮ ਕਾਰ ਦੇਖਿਆ, ਉਹ ਠੀਕ ਸੀ? ਉਹ ਬਹੁਤ ਵਧੀਆ ਗਾ, ਬਹੁਤ ਵਧੀਆ, ਮਤਲਬ ਮੈਂ ਤੈਨੂੰ ਦੱਸਦਾ, ਇੱਥੇ ਬਜ਼ੁਰਗ ਆ ਇੱਕ, ਇਹਦਾ ਚਾਚਾ, ਉਹਦੀ ਨੂੰਹ ਬਿਮਾਰਤੀ ਹੈ, ਨਾਲੇ ਉਹ ਅਕਾਲੀਆਂ ਨੂੰ ਵੋਟ ਪਾਉਂਦਾ ਬੰਦਾ ਸ਼ੁਰੂ ਦਾ, ਠੀਕ ਹੈ, ਦਿੱਲੀ ਉਹਦਾ ਆਪਰੇਸ਼ਨ ਕਰਾਇਆ, 2 ਲੱਖ ਰੁਪਈਆ ਭਗਵੰਤ ਮਾਨ ਨੇ ਦਵਾਤਾ ਉਹਨੂੰ, ਉਹ ਬੰਦਾ ਕਦ ਗੁਣ ਭੁੱਲੂਗਾ ਹੈ ਨਾ, ਕਿਸੇ ਨੇ ਨਹੀਂ ਸਾਲੇ ਨੇਠਿਆਂ ਨਹੀਂ ਦਵਾਈ, ਹੋਰ ਕੋਈ ਦਵਾਉਂਦਾ ਹੋਰ ਹੈ ਨਾ। ਤੇ ਚੰਨੀ, ਇੱਕ ਚੰਨੀ ਕਹਿੰਦਾ ਮੈਂ ਵੀ ਆਮ ਆਦਮੀ ਹਾਂ, ਮੈਂ ਵੀ ਮਸਲੇ ਹੱਲ ਕੀਤੇ, ਉਹ ਗਿਆ ਉੱਧਰ, ਉਹ ਤਾਂ ਲਾਣ ਹੀ ਕਰਦਾ ਯਾਰ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਕਾਹਨੂੰ ਕਰਦਾ, ਉਹ ਤਾਂ ਗੱਲਾਂ 'ਚ ਕਰਦਾ ਨਾ, ਕਰਕੇ ਕਰਕੇ ਕੰਮ ਬਹੁਤ ਔਖਾ ਜੀ, ਕਰਕੇ ਦਿਖਾਵੇ। 36,000 ਮੁਲਾਜ਼ਮ ਪੱਕੇ ਕਰਤੇ, ਬਿਜਲੀ ਦੇ ਬਿੱਲ ਮਾਫ਼ ਕਰਤੇ, ਕਾਹਨੂੰ ਕਰਤੇ ਯਾਰ, ਬਿੱਲ ਕਿੱਥੇ ਮਾਫ਼ ਕਰਤੇ, ਡਬਲ ਹੋ ਗਏ ਸਮਕਾਂ, ਅਗਲੇ ਨੇ ਭਰਿਆ ਨਹੀਂ ਵੀ ਮਾਫ਼ ਹੋਊਗਾ, ਉਹ ਦੂਰੇ ਹੋ ਗਏ।